ਇਹ ਨਜ਼ਾਰਾ ਜਲੰਧਰ ਦੀ ਮੁਸਲਮਾਨ ਕਲੋਨੀ ਦਾ ਹੈ ਜਿੱਥੇ ਕਾਰਪੋਰੇਸ਼ਨ ਸਫਾਈ ਵਿਭਾਗ ਦੇ ਕਰਮਚਾਰੀ ਛੁੱਟੀ ਵਾਲੇ ਦਿਨ ਵੀ ਲੋਕਾਂ ਦੇ ਚਲਾਨ ਕੱਟਣ ਲਈ ਉੱਥੇ ਪਹੁੰਚ ਗਏ। ਦਰਅਸਲ ਇਸ ਅਧਿਕਾਰੀ ਦੇ ਵੱਲੋਂ ਆਪਣੇ ਹੱਥ ਦੇ ਵਿੱਚ ਚਲਾਨ ਬੁੱਕ ਤਾਂ ਫੜੀ ਗਈ ਹੈ ਪਰ ਉੱਥੇ ਰਹਿ ਰਹੇ ਗਰੀਬ ਲੋਕ ਜੋ ਕਿ ਆਪਣੀ ਹਰ ਰੋਜ਼ ਦੀ ਜ਼ਿੰਦਗੀ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਦੇ ਨਾਲ ਕਰਦੇ ਨੇ ਉਹਨਾਂ ਤੋਂ ਚਲਾਨ ਕੱਟ ਕੇ ਇਹ ਅਧਿਕਾਰੀ ਪੈਸੇ ਤਾਂ ਲੈ ਲੈਂਦਾ ਪਰ ਬਦਲੇ ਦੇ ਵਿੱਚ ਉਹਨਾਂ ਨੂੰ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਅਤੇ ਉਹਨਾਂ ਦਾ ਚਲਾਨ ਕੱਟਣ ਦੀ ਧਮਕੀ ਦੇ ਕੇ ਉਹਨਾਂ ਤੋਂ ਹੋਰ ਪੈਸੇ ਲੈ ਕੇ ਆਪਣੀ ਜੇਬ ਦੇ ਵਿੱਚ ਪਾਉਂਦਾ ਹੈ। ਸੋ ਆਓ ਜਾਣਦੇ ਹਾਂ ਇਸ ਅਧਿਕਾਰੀ ਤੋਂ ਪਰੇਸ਼ਾਨ ਉੱਥੋਂ ਦੇ ਸਥਾਨਕ ਲੋਕਾਂ ਦਾ ਕੀ ਕਹਿਣਾ ਹੈ। ਦੁਕਾਨ ਸਾਡੀ ਹੈ, 15 ਸਾਲ ਸੇ ਦੁਕਾਨ ਚਲਾ ਰਹੇ, ਅੱਜ ਤੱਕ ਕੋਈ ਇੱਦਾਂ ਦੀ ਗੱਲ ਨਹੀਂ ਹੈ। ਮਹੀਨੇ ਡੇਢ ਮਹੀਨੇ ਸੇ ਇੰਨਾ ਤੰਗ ਕਰੇ, ਸਫਾਈ ਕਰੋ, ਇਹ ਕਰੋ, ਉਹ ਕਰੋ, ਸਫਾਈ ਆਪਾਂ ਰੋਜ਼ ਕਰੀ ਦੇ, ਕਹਿੰਦੇ ਨਹੀਂ ਕਰੋਗੇ ਤਾਂ ਮੈਂ ਤਾਲਾ ਲਗਾ ਦੂੰਗਾ, ਇਹ ਕਰੂੰਗਾ, ਉਹ ਕਰੂੰਗਾ, ਤੁਹਾਨੂੰ ਚਲਾਨ ਕਰ ਦੂੰਗਾ, ਰੋਜ਼ ਤੰਗ ਕਰਦੇ, ਦੁਕਾਨ ਅੰਦਰ ਵੜ ਜਾਂਦਾ ਆ ਕੇ ਸਾਡੇ, ਪੈਸੇ ਵੀ ਮੰਗਦੇ ਨੇ ਤਾਂ ਮੈਂ ਦੁਕਾਨ ਤੇ ਤਾਲਾ ਲਾ ਦੂੰਗਾ, ਇਹ ਕਰੂੰਗਾ, ਉੱਦਾਂ ਕਰੂੰਗਾ। ਕਹਿੰਦਾ ਮੈਨੂੰ ਇੰਸਪੈਕਟਰ ਆਪ ਕਾਹਦੇ ਨੀ ਇੰਸਪੈਕਟਰ, ਸਾਨੂੰ ਪਤਾ ਹੀ ਨਹੀਂ ਭਾਜੀ। ਹਾਂ ਮੈਂ ਪੈਸੇ ਦਿੱਤਾ ਨੇ ਮੈਨੂੰ, ਮੇਰੇ ਕੋਲ ਪੈਸੇ ਮੰਗਿਆ ਸੀ ਇਹਨੇ, ਮੈਂ ਕਿਹਾ ਪੈਸਾ ਹੈ ਨੀ ਮੇਰੇ ਕੋਲ, ਮੈਂ ਗਰੀਬ ਬੰਦਾ, ਮੈਂ ਰੋਟੀ ਖਾਣਾ ਕਮਾ ਕੇ ਤਾਂ ਮੈਂ ਪੈਸਾ ਕਿੱਥੋਂ ਦੂੰਗਾ, ਰੋਜ਼ ਹੀ ਤੰਗ ਕਰਦੇ। ਅੱਜ ਆਇਆ ਨਹੀਂ, ਕੱਲ ਵੀ ਆਇਆ ਸੀ, ਕੱਲ ਵੀ ਉਧਰ ਦੇ ਦੁਕਾਨ ਦੇ ਕੂੜਾ ਸਾਡੇ ਦੁਕਾਨ ਤੇ ਆ ਕੇ ਸਿੱਟ ਗਿਆ, ਇਹ ਕੂੜਾ ਚੱਕਣ ਵਾਲੇ ਰੱਖਿਆ ਸੀ ਆਪਾਂ, ਕੂੜਾ ਚੱਕਣ ਵਾਲੇ ਰੱਖਿਆ, ਉਹਨੂੰ ਵੀ ਦੌੜਾਤਾ, ਕਹਿੰਦਾ ਕੂੜਾ ਨਹੀਂ ਚੱਕਣਾ ਇੱਥੋਂ, 300 ਰੁਪਏ ਮਹੀਨਾ ਕੂੜਾ ਚੱਕਣ ਵਾਲੇ ਨੂੰ ਦੇਣਾ, ਉਹਨੂੰ ਵੀ ਨਹੀਂ ਚੱਕਣ ਦਿੰਦੇ। ਲਖਿੰਦਰ ਕੀ ਹੋਊਗਾ, 200 ਰੁਪਏ ਰੱਬ ਜੀ ਕਹਿ ਰਹੇ ਆ। ਅੱਛਾ ਅਬ ਆ ਕੇ ਕਰੇਂਗੇ, ਪੈਸਾ ਤੋਂ ਚਲਾਨ ਕਰ ਦੇਂਗੇ, ਉਹ ਕਰ ਦੇਂਗੇ, ਹਮ ਤਾਂ ਇੱਕ ਗਰੀਬ ਬੰਦਾ ਹਾਂ। अच्छा कितना पैसे लिए इसमें? 200 रुपये लिए। पर्ची दी है? हाँ जी भाजी, की नाम है? सिंह। की कह लो जी? बाहर काउंटर बना पाया जी, कहते काउंटर बाहर क्यों बना पे? अच्छा बंद ही। अच्छा फिर दसा इन्ह ने कौन है? मैं ਇਹਨੇ ਦੱਸਿਆ ਮੈਂ ਕੌਣ ਹੈਗਾ? ਕੋਸ਼ਿਸ਼ ਕੋਈ ਗੱਲ ਨਹੀਂ ਕੀਤੀ। ਅੱਛਾ ਪੈਸੇ ਲਿੱਤੇ ਕਿੰਨੇ? 500 ਰੁਪਏ। ਕੋਈ ਰਸੀਦ ਦਿੱਤੀ? ਕੋਈ ਰਸੀਦ ਨਹੀਂ ਜੀ। ਉੱਥੇ ਜਦੋਂ ਕਾਰਪੋਰੇਸ਼ਨ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਦੇ ਵੱਲੋਂ ਸੋਮਵਾਰ ਨੂੰ ਇਸ ਦੀ ਪੂਰੀ ਜਾਂਚ ਕਰਨ ਦਾ ਵਿਸ਼ਵਾਸ ਦਿਲਾਇਆ ਗਿਆ। ਜਿਹੜਾ ਤੁਹਾਡੇ ਤਾਂ ਰੋਬ ਲੱਗਦੇ ਪਏ ਨੇ, ਪੈਸੇ ਲਿੱਤੇ ਨੇ ਕਿ? ਭਾਜੀ ਮੇਰੀ ਗੱਲ ਸੁਣੋ ਜੀ, ਇੱਥੋਂ ਤੋਂ ਲੈ ਕੇ ਪੂਰੀ ਮੁਸਲਮਾਨ ਕਲੋਨੀ ਦੇ ਵਿੱਚ ਜਿੰਨੇ ਵੀ ਭਾਈ ਸਾਹਿਬ ਹੈਗੇ ਨੇ ਉਹ ਉਸ ਦੱਸਦੇ ਨੇ ਵੀ ਉਹਨਾਂ ਕੋਲ ਕਿੰਨੇ ਲਿੱਤੇ ਨੇ। ਇੱਕ ਦੋ ਬੰਦੇ ਕੋਈ ਸਿਰਫ ਲੈਣੇ ਸੀ, ਮੈਂ ਭਾਈ ਸਾਹਿਬ ਆਪਣੇ ਘਰੋਂ ਔਰ ਸਾਹਮਣੇ ਭਾਈ ਸਾਹਿਬ ਰਹਿੰਦੇ ਸੁਧੀਰ। ਭਾਈ ਤੁਸੀਂ ਕੌਣ, ਕਿਹੜੇ ਡਿਪਾਰਟਮੈਂਟ 'ਚ? ਮੈਂ ਹੈਲਥ ਬ੍ਰਾਂਚ ਦੇ ਵਿੱਚੋਂ। ਅੱਛਾ ਜੀ। ਹਾਂਜੀ ਪਵਨ ਕੁਮਾਰ ਮੇਰਾ ਨਾਂ ਆ, ਸੈਂਡ ਇੰਸਪੈਕਟਰ। ਅੱਛਾ ਨਹੀਂ ਤੁਹਾਡੇ ਨਾਲ ਕੋਈ ਮੁਲਾਜ਼ਮ ਨਹੀਂ ਆ ਸਕਦੇ ਸੀ ਤੁਸੀਂ? ਨਹੀਂ ਭਾਜੀ ਮੁਲਾਜ਼ਮ ਚੱਲਣਗੇ। ਤੁਸੀਂ ਡਰਿੰਕ ਕੀਤੀ ਹੋਈ ਹੈ ਭਾਜੀ? ਜਿਹਨੇ ਡਰਿੰਕ, ਜੇ ਮੇਰੀ ਟੈਸਟ ਕਰਾ ਲਓ, ਜੇ ਡਰਿੰਕ ਨਾ ਕੀਤੀ ਹੋਈ ਸਫਤੇ ਵਰਚ ਕਰਾਓਗੇ? ਨਹੀਂ ਤੁਸੀਂ ਕਿੱਦਾਂ ਖੜੇ ਹੋ? ਉਹ ਭਾਜੀ ਸਵੇਰ ਦਾ 5 ਵਜੇ ਦੀ ਡਿਊਟੀ ਹੈ ਸਾਡੀ ਸ਼ੁਰੂ ਤੋਂ। ਅੱਛਾ ਕੱਲੇ ਦੀ ਡਿਊਟੀ ਹੈ ਤੁਹਾਡੀ? ਨਹੀਂ ਨਹੀਂ ਮੈਂ ਸਪੈਕਟਰ ਆ ਲੁਧਿਆਣੇ ਤੋਂ ਆਉਣਾ, 5 ਵਜੇ ਸ਼ੁਰੂ। ਠੀਕ ਹੈ ਸਪੈਕਟਰ ਸਾਹਿਬ ਆਉਂਦੇ ਹੋ, ਤੁਹਾਡੇ ਨਾਲ ਸਟਾਫ ਤੇ ਹੋਏਗਾ? ਭਾਜੀ ਸਟਾਫ ਨਹੀਂ, ਝਾੜੂ ਦਾ ਸਟਾਫ ਆ ਮੇਰੇ ਨਾਲ। ਅੱਛਾ ਝਾੜੂ ਵਾਲੇ ਆਪਣਾ ਝਾੜੂ ਮਾਰ ਕੇ ਚਲੇ ਗਏ। ਤੁਸੀਂ ਕਾਰਪੋਰੇਸ਼ਨ ਤੋਂ? ਹਾਂਜੀ ਸਰ। ਕਾਰਪੋਰੇਸ਼ਨ ਤੇ ਤੁਹਾਡੀ ਡਿਊਟੀ, ਤੁਹਾਡੇ ਕੋਲ ਚਲਾਨ ਬੁੱਕ ਹੈਗੀ? ਚਲਾਨ ਹੈਗੀ ਆ ਜੀ। ਤਾਂ ਫਿਰ ਤੁਸੀਂ ਚਲਾਨ ਕਿਉਂ ਨਹੀਂ ਕੱਟੇ ਹੋ? ਕਹਿੰਦੇ ਭਾਜੀ ਉਹ ਕਹਿੰਦੇ ਗਰੀਬ ਆ ਜੀ, ਮੈਂ ਛੱਡਦਾ ਤੇ ਉਹਨੇ ਮੇਰੇ ਨਾਮ ਲਾਤਾ। ਤਾਂ ਭਾਜੀ ਇੱਦਾਂ ਕਿੱਦਾਂ ਨਾਮ ਲਾ ਦੂਗਾ? ਭਾਜੀ ਮੈਂ ਜਿਹੜਾ ਚਲਾਨ ਕੱਟੇ ਆ ਕੱਢਦਾ ਮੈਂ। ਮੇਰੀ ਗੱਲ ਸੁਣੋ, ਤੁਹਾਡੇ ਅਫਸਰ ਤੁਹਾਡੇ ਅੰਦਰ? ਭਾਜੀ ਇੱਕ ਗੱਲ ਸੁਣੋ, ਮੁਸਲਮ ਕਲੋਨੀ ਦੇ ਵਿੱਚ ਹੁਣ ਤੱਕ ਮੁਸਲਮ ਕਲੋਨੀ ਦੇ ਵਿੱਚ ਇੱਕ ਉਹ ਤੋਂ ਲੈ ਕੇ ਕਾਲੀ ਸੜਕ ਤੋਂ ਲੈ ਕੇ ਉਹ ਐਂਡ ਤੱਕ ਨਹੀਂ। ਤੁਹਾਡੀ ਸਵਾਈ ਦੀ ਡਿਊਟੀ ਹੈ ਤੇ ਤੁਹਾਡੇ ਨਾਲ ਮੁਲਾਜ਼ਮ ਕਿਉਂ ਨਹੀਂ ਹੈ ਸਰਕਾਰੀ ਡਿਪਾਰਟਮੈਂਟ ਦੇ? ਇਹ ਸਰ ਸਰ ਉਹਨੂੰ ਪੁੱਛੋ, ਸ਼ਨੀਵਾਰ ਦਾ ਛੁੱਟੀ ਦਾ ਦਿਨ ਹੁੰਦਾ ਭਾਜੀ? ਹੈਲਥ ਬਰਾਜ ਨੂੰ ਕੋਈ ਛੁੱਟੀ ਨਹੀਂ ਤੇ ਹੈਲਥ ਡਿਪਾਰਟਮੈਂਟ ਸਿਰਫ ਤੁਸੀਂ ਹੋ, ਬਾਕੀ ਪੂਰਾ ਜਲੰਧਰ ਦੇ ਵਿੱਚ ਵੀ ਹੈਗੇ ਜਿੰਨੂੰ ਮਰਜ਼ੀ ਤੁਸੀਂ ਕਮਿਸ਼ਨ ਸਾਨੂੰ ਪੁੱਛ ਲਓ। ਉਹ ਤਾਂ ਮੈਂ ਤਾਂ ਪੁੱਛ ਹੀ ਲਊਂਗਾ ਭਾਜੀ। ਜਲੰਧਰ ਤੋਂ ਸੁਸ਼ੀਲ ਹੰਸ ਦੀ ਰਿਪੋਰਟ ਦੇ ਨਾਲ ਡੀਟੀਵੀ ਐਨ ਰਾਏ।